ਰੱਖਿਆ ਹੋਇਆ ਹੈ। ਆਪਾਂ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ਵਿੱਚ ਉਤਰੇ। ਉੱਥੇ ਹੀ ਪਿੰਡ ਖੁੱਡੀ ਕਲਾਂ ਤੋਂ ਕਿਸਮਤ ਅਜ਼ਮਾਉਣ ਲਈ ਮੈਦਾਨ ਵਿੱਚ ਉਤਰੇ ਹਰਮੇਲ ਸਿੰਘ ਸਰਾ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਬਾਲਟੀ। ਹਰਮੇਲ ਸਿੰਘ ਸਰਾ ਵੱਲੋਂ ਕਿਹਾ ਗਿਆ ਕਿ ਮੈਂ ਸਰਪੰਚ ਬਣਨ ਤੋਂ ਬਾਅਦ ਪਹਿਲ ਦੇ ਆਧਾਰ ਤੇ ਸਾਰੇ ਪਿੰਡ ਦੇ ਕੰਮ ਕਰਾਵਾਂਗਾ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਮੇਲ ਸਿੰਘ ਸਰਾ ਪੜ੍ਹੇ ਲਿਖੇ ਤੇ ਸੂਝਵਾਨ ਵਿਅਕਤੀ ਨੇ, ਜੋ ਕਿ ਪਿੰਡ ਦੇ ਸਾਰੇ ਕੰਮ ਵਧੀਆ ਢੰਗ ਨਾਲ ਕਰਾਉਣਗੇ। ਹਰਮੇਲ ਸਿੰਘ ਸਰਾ ਜੀ, ਹਰਮੇਲ ਸਿੰਘ ਜੀ, ਤੁਸੀਂ ਸਰਪੰਚੀ ਇਲੈਕਸ਼ਨ ਲੜ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਂ ਇਹ ਚਾਹੁੰਦਾ ਮੇਰੇ ਨਗਰ ਦੇ ਕੰਮ ਵਧੀਆ ਹੋਣ, ਸਭ ਤੋਂ ਜੋ ਵੀ ਕੰਮ ਪਏ ਆ ਅਧੂਰੇ ਉਹ ਵੀ ਹੋਣ, ਸਾਰੇ ਕਰਵਾਵਾਂ ਜੀ। ਮੇਰੇ ਨਗਰ ਵਾਸੀਆਂ ਨੂੰ ਬੇਨਤੀ ਹੈ, ਵੋਟਾਂ ਵੱਧ ਚੜ ਕੇ ਪਾਓ, ਵਧੀਆ ਕੰਮ ਕਰਾਂਗੇ, ਕਰਕੇ ਦਿਖਾਵਾਂਗੇ ਵੀ ਹਾਂ ਕੰਮ ਕਿਸ ਤਰ੍ਹਾਂ ਹੁੰਦੇ ਜੀ। ਜੇ ਆਪਾਂ ਅਧੂਰੇ ਕੰਮ ਦੀ ਗੱਲ ਕਰੀਏ, ਨਗਰ ਤੁਸੀਂ ਕੰਮ ਦੀ ਗੱਲ, ਕਿਹੜੇ ਕੰਮ ਅਧੂਰੇ ਪਏ ਨੇ? ਬਹੁਤ ਪਏ ਆ ਜੀ, ਕੰਮ ਤਾਂ ਕਰਨਾ, ਅਜੇ ਕੁਛ ਵੀ ਨੀ ਹੋਇਆ, ਬਹੁਤ ਕੰਮ ਪਏ ਨੇ ਅਧੂਰੇ ਜੀ। ਫਿਰ ਵੀ ਤੁਸੀਂ ਸਾਨੂੰ ਨੋਟਸ ਲਿਆਓ। ਜਿਵੇਂ ਸਹੂਲਤਾਂ ਹੁੰਦੀਆਂ ਜੀ ਪਿੰਡਾਂ ਚ ਸਾਰੀਆਂ ਚੀਜ਼ਾਂ, ਕੋਈ ਵੀ ਗਰੀਬ ਗੁਰਬਾ ਬਿਮਾਰ ਹੁੰਦਾ ਐਂਬੂਲੈਂਸ ਦੀ ਲੋੜ ਆਈ, ਹੋਰ ਬਹੁਤ ਚੀਜ਼ਾਂ ਦੀ ਲੋੜ ਆਈ। ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਗਰਾਊਂਡ ਦੀ ਜੀ ਜੀ ਹਾਂਜੀ, ਕੀ ਕਹਿਣਾ ਚਾਹੋਗੇ? ਖੇਡਾਂ ਦਾ ਸਾਰਾ ਸਮਾਨ ਮਿਲੇ ਮੁੰਡਿਆਂ ਨੂੰ ਖੇਡਣ ਨੂੰ, ਆਪੀ ਗਾਹਾਂ ਵਧਣਗੇ। ਬਾਕੀ ਨਸ਼ੇ ਪੱਤੇ ਆ ਜਿਹੜੇ ਕੋਈ ਗਲਤ ਚੱਲ ਰਹੇ ਆ ਪਿੰਡਾਂ ਚ ਕਰ ਰਹੇ ਆ ਜੀ, ਉਹਨਾਂ ਤੇ ਸਖਤੀ ਕਰਾਂਗੇ। ਜਿਹੜੇ ਪਿਛਲੇ ਸਰਪੰਚ ਸੀ ਉਹਨਾਂ ਵੱਲੋਂ ਕੀ ਵਿਕਾਸ ਕਰਾਏਗਾ? ਉਹਨਾਂ ਨੇ ਉਹ ਟਾਈਮਾਂ ਚ ਉਹਨਾਂ ਨੇ ਆਪਦਾ ਕਰਵਾਇਆ ਜੀ, ਆਪਾਂ ਗਾਹਾਂ ਆਪਦਾ ਦੇਖਣਾ, ਕਿਉਂਕਿ ਹੁਣ ਸਮਾਂ ਸਾਰਾ ਮੁੜ ਹੋ ਚੁੱਕਿਆ, ਸਾਰੀ ਜਿਹੜੀ ਆਪਣੀ ਜਿਹੜੀ ਐਕਟੀਵਿਟੀ ਹੈ ਉਹ ਐਡਵਾਂਸ ਹੋ ਚੁੱਕੀ। ਤੁਹਾਡੇ ਮਨ ਵਿੱਚ ਕੀ ਜਹਿਨ ਚੱਲ ਰਿਹਾ ਕਿ ਪਿੰਡ ਦੇ ਪਾਸੇ ਕੋਈ ਲਾਇਬ੍ਰੇਰੀ, ਕੋਈ ਸਟੇਡੀਅਮ ਜਾਂ ਫਿਰ ਕੋਈ ਹੋਰ? ਹਾਂਜੀ ਹਾਂਜੀ, ਉਹ ਸਾਰਾ ਕਰਵਾਵਾਂਗੇ, ਪਿੰਡ ਚ ਡਾਕਟਰ ਹੋਰ ਲਿਆ ਕੇ ਵਧੀਆ ਸਹੂਲਤਾਂ ਮਿਲਣਗੀਆਂ ਜੀ ਪਬਲਿਕ ਨੂੰ, ਜੇ ਉਹ ਵੀ ਹੋਣਗੀਆਂ ਸਹੂਲਤਾਂ ਸਾਰੀਆਂ ਕਰਵਾਵਾਂਗੇ ਜੀ, ਵੀ ਮੇਰੇ ਪਿੰਡ ਦਾ ਨਗਰ ਦਾ ਕੰਮ ਵਧੀਆ ਹੋਊਗਾ ਸਾਰਾ ਕੁਛ ਜੀ। ਹੁਣ ਤੁਸੀਂ ਕੀ ਮੈਸੇਜ ਲਾਣਾ ਚਾਹੋਗੇ ਪਿੰਡ ਵਾਲਿਆਂ ਨੂੰ? ਪਿੰਡ ਵਾਲਿਆਂ ਨੂੰ ਇਹੀ ਕਹਿੰਦੇ ਆ, ਵੋਟਾਂ ਪਾਓ ਵੱਧ ਚੜ ਕੇ, ਉਦੋਂ ਬਾਅਦ ਦੇਖਿਓ ਵੀ ਕੰਮ ਕਿਸ ਤਰ੍ਹਾਂ ਹੁੰਦੇ ਜੀ ਸਾਰੇ। ਕੀ ਨਾਮ ਆਪਣਾ ਜੀ? ਮੇਰਾ ਨਾਮ ਜੀ ਡਾਕਟਰ ਅਮਰੀਕ ਸਿੰਘ ਜੀ, ਖੁੱਡੀ ਕਲਾਂ ਜੀ। ਹਰਮੇਲ ਸਿੰਘ ਜੀ ਇਲੈਕਸ਼ਨ ਲੜ ਰਹੇ, ਤੁਸੀਂ ਉਹਨਾਂ ਸਮਰਥਨ ਦਾ ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਅੱਛੀ ਸਮਾਜ ਚ ਹੋਣੇ ਆ ਜੀ। ਸਾਡਾ ਇੱਕ ਹੀ ਮੇਨ ਮਕਸਦ ਹੈ ਵੀ ਸਾਡੇ ਜਿਹੜਾ ਪ੍ਰਾਇਮਰੀ ਸਕੂਲ ਸਰਕਾਰੀ ਜਾਂ ਹਾਈ ਸਕੂਲ ਹੈ ਜਾਂ ਸੈਕੰਡਰੀ ਸਕੂਲ ਹੈ, ਅਸੀਂ ਤਾਂ ਉਹਨੂੰ ਵਧਾ ਚੜਾ ਕੇ ਉੱਥੇ ਸਟਾਫ ਬੱਚਿਆਂ ਨੂੰ ਸਹੂਲਤਾਂ ਇਹ ਜ਼ਿਆਦਾ ਹੋਣ, ਤਾਂ ਸਾਨੂੰ ਹੋਰ ਕੋਈ ਨਹੀਂ ਚਾਹੀਦਾ, ਸਾਨੂੰ ਸੜਕਾਂ ਦੀ ਜ਼ਰੂਰਤ ਹੈ, ਮੰਡੀ ਦੀ ਜ਼ਰੂਰਤ ਹੈ, ਇਹ ਤਾਂ ਬਣ ਜਾਣੀਆਂ ਟਾਈਮ ਨਾਲ, ਸਾਡੇ ਸਕੂਲ ਨੂੰ ਜ਼ਰੂਰੀ ਹੈ। ਵਿੱਦਿਆ ਇਹੋ ਜਿਹਾ ਇੱਕ ਸ਼ੇਰਨੀ ਦਾ ਦੁੱਧ ਆ, ਜਿੰਨਾ ਪੀਊਗਾ ਕੋਈ ਉਨੇ ਘਟੂਗਾ ਸ਼ੇਰ ਨੂੰ, ਸਾਨੂੰ ਤਾਂ ਵਿੱਦਿਆ ਤੱਕ ਮਤਲਬ ਆ। ਜੇ ਸਾਡੇ ਬੱਚੇ ਪੜ੍ਹਨਗੇ ਤਾਂ ਸਾਡੇ ਬੱਚੇ ਕਿਸੇ ਪਾਸੇ ਨੌਕਰੀ ਤੇ ਲੱਗਣਗੇ, ਚਾਹੇ ਇੱਥੋਂ IAS UPSC ਕੱਢ ਕੇ, ਚਾਹੇ ਉੜੀਸਾ ਚ ਜਾਣ, ਚਾਹੇ ਤਾਮਿਲਨਾਡੂ ਜਾਣ, ਸਾਡੇ ਬੱਚਿਆਂ ਸਾਨੂੰ ਤਾਂ ਬੱਚਿਆਂ ਤੱਕ ਮਤਲਬ ਇੱਕ ਨਸ਼ੇ ਤੋਂ ਰਹਿਤ ਰੱਖਦੇ। ਹੋਰ ਤਾਂ ਜਿਹੜਾ ਮਰਜੂ ਜਿਵੇਂ ਜ਼ਰੂਰਤਾਂ ਦੇਖੋ ਜੀ, ਇੰਟਰਲੋਕ ਲਾ ਗਈ, ਪੱਟ ਗਿੱਟ ਪੁਰਾਣੀਆਂ ਪੰਚਾਇਤਾਂ ਦੂਜੀ ਇੱਟ ਖਾ ਗਈ, ਨਵੀਂ ਲਾਤੀ, ਉਹਨਾਂ ਨੂੰ ਵੀ ਬੰਦ ਆ, ਉਹਦਾ ਕਮਿਸ਼ਨ ਮਿਲਣਾ ਹੀ ਮਿਲਣਾ ਸਰਪੰਚਾਂ ਨੂੰ, ਠੀਕ ਹੈ, ਜੇਈ ਨੂੰ ਵੀ ਮਿਲਣਾ, BDP ਨੂੰ ਵੀ ਮਿਲਣਾ, ਇਹਦਾ ਜ਼ਰੂਰਤਾਂ ਨੇ, ਮੰਡੀ ਦੀ ਜ਼ਰੂਰਤ ਸੀ ਉਹ ਵੀ ਪੂਰੀ ਹੋ ਗਈ, ਇਹਦਾ ਇੱਕ ਮਤਲਬ ਕਿ ਸਿਹਤ ਸਹੂਲਤ ਤੇ ਵਿੱਦਿਆ ਦੋ ਚੀਜ਼ਾਂ, ਇੱਕ ਨਸ਼ਾ ਰਿਹਾ ਤੁਹਾਨੂੰ। ਪਿੰਡਾਂ ਨੂੰ ਮੈਸੇਜ ਇਹੀ ਦੇਣਾ ਵੀ ਚੰਗਾ ਬੰਦਾ ਦੇਖ ਕੇ ਚਲੋ। ਤੁਹਾਡੇ ਪਿੰਡ ਸਰਪੰਚੀ ਇਲੈਕਸ਼ਨ ਜਿਸ ਤਰ੍ਹਾਂ ਜ਼ੋਰ ਹੈਗੀ, ਠੀਕ ਹੈ, ਤੁਹਾਡੇ ਰਾਜਨੀਤਿਕ ਤੁਹਾਡਾ ਬੜਾ ਬਹੁਤ ਵੱਡਾ ਹੋ ਗਿਆ, ਹਜੇ ਤੱਕ ਤੁਸੀਂ ਬਾਦਲ ਸਾਹਿਬ ਦੇ ਰਾਈਟ ਹੈਂਡ ਰਹੇ ਹੋ, ਤੁਸੀਂ ਬਾਦਲ ਸਾਹਿਬ ਨੇ ਬਹੁਤ ਕਾਨਫਰੰਸਾਂ ਕੀਤੀਆਂ, ਸੱਚ ਬੋਲੋ, ਸੱਚ ਦਾ ਪਹਿਰਾ ਦਿੱਤਾ, ਤੇ ਹੁਣ ਤੁਹਾਡੇ ਪਿੰਡ ਸਰਪੰਚ ਦੀ ਇਲੈਕਸ਼ਨ ਲੜੇ ਜਾ ਰਹੇ, ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਜੀ, ਦੇਖੋ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਪਹਿਲੀ ਗੱਲ ਤਾਂ ਵੀ ਸਰਪੰਚੀ ਦੀ ਚੋਣ ਲੜਨ ਦਾ ਸਾਰਿਆਂ ਨੂੰ ਅਧਿਕਾਰ ਆ ਜੀ। ਜਿਹੜਾ ਪਿੰਡ ਦਾ ਵੋਟਰ ਆ ਉਹ ਕੋਈ ਵੀ ਸਰਪੰਚੀ ਲਈ ਚਾਹਵਾਨ ਹੈ, ਜਿਹਦੇ ਮਨ ਚ ਉਸ ਵੇਲੇ ਇਹੋ ਜਿਹੀ ਹੈ ਵੀ ਮੈਂ ਸਰਪੰਚੀ ਲੜਨੀ ਆ, ਉਹ ਲੜ ਸਕਦਾ। ਪਰ ਗੱਲ ਇਹ ਹੁੰਦੀ ਹੈ ਵੀ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਜੀ, ਇਹ ਹੋ ਗਈ ਸਰਪੰਚੀ ਦੀ ਗੱਲ। ਦੂਸਰੀ ਗੱਲ ਸਰਕਾਰ ਦੀ, ਕਿ ਅੱਜ ਜਿਹੜੀ ਸਰਕਾਰ ਆ ਮੌਜੂਦਾ ਮੌਕੇ ਤੇ ਆਮ ਆਦਮੀ ਦੀ ਸਰਕਾਰ ਆ, ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ, ਤੇ ਤੁਹਾਨੂੰ ਆਮ ਲੋਕਾਂ ਨੂੰ ਵੀ ਪਤਾ, ਸਭ ਨੂੰ ਪਤਾ, ਕਿਉਂਕਿ ਇੱਕ ਜਮਹੂਰੀਅਤ ਦਾ ਜਿਹੜਾ ਮੁੱਢਲੀ ਕੜੀ ਆ ਪੰਚਾਇਤਾਂ ਪਿੰਡਾਂ ਦੀ, ਪਹਿਲੀ ਕੜੀ ਪੰਚਾਇਤਾਂ, ਬਲਾਕ ਸਮਿਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਇਹ ਤਿੰਨ ਸਟੇਜੀ ਪ੍ਰੋਗਰਾਮ ਹੁੰਦਾ। ਜੇ ਇਹਨਾਂ ਦੀ ਗਲਾ ਘੁੱਟਤਾ, ਲੋਕ ਨਿਰਪੱਖ ਹੋ ਕੇ ਕਿਸੇ ਨੂੰ ਨਹੀਂ ਚੁਣ ਸਕਦੇ ਜੀ। ਇੱਥੇ ਕੀ ਅੱਜ ਤੁਸੀਂ, ਕੱਲ ਮੈਂ ਹਾਈ ਕੋਰਟ ਦਾ ਇੱਕ ਬਿਆਨ ਸੁਣ ਰਿਹਾ ਸੀ ਕਿ ਇੱਕ ਘੰਟੇ 'ਚ ਸਰਕਾਰ ਜਵਾਬ ਦੇਵੇ, ਪਰ ਇਹ ਪਹਿਲੀ ਵਾਰ ਹੈ ਕਿ 70 ਸਾਲ ਦੇ ਵਿੱਚ, ਮੇਰੀ ਉਮਰ ਦੇ ਵਿੱਚ 55 ਸਾਲ ਦੇ ਵਿੱਚ, ਮੈਂ ਪਹਿਲੀ ਵਾਰ ਸੁਣਿਆ ਕਿ ਕੋਰਟ ਕਿਸੇ ਨੂੰ ਇੱਕ ਘੰਟੇ ਦਾ ਸਮਾਂ ਦੇਵੇ ਕਿ ਜਲਦੀ ਦੱਸੋ ਕਿ ਤੁਸੀਂ ਫੈਸਲਾ ਲੈਂਦੇ ਹੋ ਕਿ ਜਾਂ ਕੋਰਟ ਆਪਦੇ ਨਿਯਮਾਂ ਅਨੁਸਾਰ ਫੈਸਲਾ ਲਵੇ। 250-300 ਪੰਚਾਇਤਾਂ ਦਾ ਜਿਹੜਾ ਹੈਗਾ ਉਹਨੇ ਰੋਕ ਲਾਤੀ, ਪਰ ਇਹ ਕਿਉਂ ਲਾਈ? ਕਿ ਇੱਕ ਧੱਕੇਸ਼ਾਹੀ ਦਾ ਸਬੂਤ ਆ, ਧੱਕੇਸ਼ਾਹੀ ਦੀ ਇਹ ਨਿਰਪੱਖਤਾ ਜਿਹੜੀ ਹੈ ਸਾਡੇ ਸਾਹਮਣੇ ਆ ਗਈ ਕਿ ਸਰਕਾਰ ਨੇ ਜਿਹੜਾ 70 ਸਾਲ ਦੇ ਲਾਰੇ ਲਾ ਰਹੀ ਸੀ ਉਹ ਕੰਮ, ਪਰ
ਇੱਥੇ ਪਿੰਡ ਦੇ ਵਿੱਚ ਕਿ ਉਹਨਾਂ ਨੇ ਲੋਕਾਂ ਦੇ ਵਿੱਚ ਇਹ ਸੋਸਾ ਛੱਡਿਆ ਕਿ ਸਰਕਾਰ ਨੋਟੀਫਿਕੇਸ਼ਨ ਕਰ ਰਹੀ ਹੈ ਕਿ ਸਿੰਬਲ ਤੇ ਚੋਣ ਨਹੀਂ ਲੜੀ ਜਾਊਗੀ ਤੇ ਜਦੋਂ ਸਿੰਬਲ ਤੇ ਚੋਣ ਨਹੀਂ ਲੜਨੀ ਕਿਸੇ ਨੇ ਤਾਂ ਫਿਰ ਕਿਸੇ ਦੇ ਕਾਗਜ਼ ਰੱਦ ਕਰਨ ਦੀ ਕੀ ਲੋੜ ਆ ਫਿਰ ਕਿਸੇ ਦੇ ਕਾਗਜ਼ਾਂ ਤੋਂ ਨੋ ਡਿਊਜ਼ ਦੇਣ ਦੀ ਨਾ ਦੇਣ ਦੀ ਕੀ ਲੋੜ ਆ ਦਿਓ ਸਮਰੱਥਾ ਅਨੁਸਾਰ ਜਿਹੜੇ ਨੂੰ ਲੋਕ ਚਾਹੁਣਗੇ ਸਮਰੱਥਾ ਦੇ ਅਨੁਸਾਰ ਜਿਨ੍ਹਾਂ ਦਾ ਧੁਰਾ ਬਣਦਾ ਇਹ ਉਹਨੂੰ ਜਿੱਤ ਕੇ ਆਉਣਗੇ ਮੋਸਟ ਪਹਿਲ ਕੰਮ ਸਰਕਾਰ ਉਹਨੂੰ ਲੈ ਲੇ ਤੁਸੀਂ ਹਮੇਸ਼ਾ ਤੁਸੀਂ ਪਾਰਟੀ ਵਾਜ ਤੋਂ ਉੱਠ ਕੇ ਪਾਸੇ ਪਾਰਟੀ ਵਾਜ ਹੀ ਰਹੇ ਹੋ ਉੱਧਰ ਖੜ ਗਏ ਸੋ ਖੜ ਗਏ ਹੁਣ ਤੁਹਾਡਾ ਸਮਰਥਨ ਕਿਹੜੇ ਪਾਸੇ ਜੀ ਗੱਲ ਇਹ ਹੈ ਜੀ ਮੈਨੂੰ ਮੈਂ ਪਿੰਡ ਦੇ ਵਿੱਚ ਦੇਖੋ ਮੈਂ ਚੇਅਰਮੈਨ ਵੀ ਰਿਹਾ ਬਲਾਕ ਸੰਮਤੀ ਮੈਂਬਰ ਵੀ ਰਿਹਾ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੇਰੇ ਤੋਂ ਮੈਂ ਜਿੱਤੀ ਆ ਮੈਂ ਪਿਛਲੀ ਵਾਰ ਸਰਪੰਚੀ ਲੜੀ ਆ ਮੈਂ ਇੱਥੇ ਕੋਈ 62 ਵੋਟਾਂ ਤੇ ਲੂਜ ਕਰ ਗਿਆ ਜੀ ਉਹਦਾ ਕਾਰਨ ਕਿ ਮੇਰੇ ਤੇ ਮੌਕੇ ਤੇ ਪਰਚਾ ਦਰਜ ਕਰਾਤਾ ਸਰਕਾਰ ਨੇ ਇੱਕ ਦਿਨ ਪਹਿਲਾਂ ਚੋਣਾਂ ਤੋਂ ਕੋਈ ਗੱਲ ਨਹੀਂ ਪਰ ਫਿਰ ਵੀ ਮੈਂ ਨਿਰਪੱਖਤਾ ਦੇ ਨਾਲ ਲੋਕਾਂ ਦੇ ਕੰਮ ਕੀਤੇ ਨੇ ਮੈਂ ਕਿਸੇ ਨਾਲ ਪਾਰਟੀਬਾਜ਼ੀ ਨਹੀਂ ਰੱਖੀ ਮੇਰੇ ਕੰਮ ਅੱਜ ਵੀ ਬੋਲਦੇ ਨੇ ਕੰਮਾਂ ਦੇ ਵਿੱਚ ਮੈਂ ਦੱਸ ਦਿੰਦਾ ਬੈਂਕ ਖੋਲ ਕੇ ਦਿੱਤੀ ਆ ਪਿੰਡ ਵਾਸੀਆਂ ਨੂੰ ਜੋ ਇਹਨਾਂ ਨੇ ਚਾਹਿਆ ਏਟੀਐਮ ਇਹਨਾਂ ਨੂੰ ਲਾ ਕੇ ਦਿੱਤਾ ਦੋ ਆਂਗਣਵਾੜੀ ਕੇਂਦਰ ਬਣਾ ਕੇ ਦਿੱਤੇ ਨੇ ਨਾਲ ਨਰੇਗਾ ਭਵਨ ਬਣਾ ਕੇ ਦਿੱਤਾ 10 ਲੱਖ ਦਾ ਇਹਦੇ ਨਾਲ ਹੀ ਕਮਿਊਨਿਟੀ ਹਾਲ ਬਣਾ ਕੇ ਦਿੱਤਾ ITI ਲੈ ਕੇ ਦਿੱਤੀ ਆ 12ਵੀਂ ਦਾ ਸਕੂਲ ਬਣਾ ਕੇ ਦਿੱਤਾ ਮੋਟਰਾਂ ਦੇ ਕਨੈਕਸ਼ਨ ਇੱਥੇ ਲੈ ਕੇ ਦਿੱਤੇ ਆ 58 ਸਕੀਮ ਬਣਾ ਕੇ ਦਿੱਤੀ ਆ ਲੋਕਾਂ ਦੇ ਘਰਾਂ ਨੂੰ ਮਤਲਬ ਮੇਰਾ ਕਹਿਣ ਦਾ ਕਿ ਸਾਡਾ ਜਿਹੜਾ ਪਿੰਡ ਦਾ ਧੁਰਾ ਹੁੰਦਾ ਪਿੰਡ ਦਾ ਸਰਪੰਚ ਹੁੰਦਾ ਮੈਂਬਰ ਹੁੰਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਪਿੰਡ ਨੂੰ ਦੇਖਣਾ ਚਾਹੁੰਦਾ ਕਿ ਮੈਂ ਪਿੰਡ ਦਾ ਵਿਕਾਸ ਕਰਨਾ ਸਿਮਰਜੀਤ ਸਿੰਮੀ ਵੀ ਚਾਹੁੰਦਾ ਮੈਂ ਪਿੰਡ ਦਾ ਵਿਕਾਸ ਕਰਨਾ ਹੋਰ ਵੀ ਸਰਪੰਚੀ ਦੇ ਉਮੀਦਵਾਰ ਬਣੇ ਹੋਏ ਨੇ ਉਹ ਵੀ ਕਹਿੰਦੇ ਅਸੀਂ ਪਿੰਡ ਦਾ ਵਿਕਾਸ ਕਰਨਾ ਪਰ ਮੈਂ ਜਿੱਥੋਂ ਤੱਕ ਦੇਖਦਾ ਵੀ ਇਹਨਾਂ ਦੋਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਭਾਵੇਂ ਸਿਮਰਜੀਤ ਹੈ ਭਾਵੇਂ ਇਹ ਹਰਮੇਲ ਸਿੰਘ ਹੈ ਹਰਮੇਲ ਸਿੰਘ ਦਾ ਚੋਣ ਸਾਨ ਪਾਰਟੀ ਤੇ ਲੜ ਰਿਹਾ ਸਿਮਰਜੀਤ ਸੋਨ ਟਰੈਕਟਰ ਤੇ ਲੜ ਰਿਹਾ ਇਹਨਾਂ ਦੇ ਵਿੱਚ ਇੱਕ ਮੁਕਾਬਲੇ ਦੀ ਟੱਕਰ ਜੀ ਬਣੀ ਹੋਈ ਹੈ ਇਹਦੇ ਚ ਇੱਕ ਇਹ ਗੱਲ ਇਹਨੂੰ ਕਾਊਂਟ ਕਰਦੀ ਆ ਹਰਮੇਲ ਸਿੰਘ ਨੂੰ ਕਿ ਹਰਮੇਲ ਸਿੰਘ ਨਾਲੋਂ ਜ਼ਿਆਦਾ ਇਹਦੀ ਪਤਨੀ ਕੰਮ ਤੇ ਲੱਗੀ ਹੋਈ ਆ ਜੀ ਉਹ ਹਰੇਕ ਵੋਟਰਾਂ ਦੇ ਨਾਲ ਭੈਣਾਂ ਦੇ ਨਾਲ ਲੜਕੀਆਂ ਦੇ ਨਾਲ ਨੂੰਹਾਂ ਦੇ ਨਾਲ ਧੀਆਂ ਦੇ ਨਾਲ ਉਹ ਕੱਲੀ ਕੱਲੀ ਘਰੇ ਜਾ ਕੇ ਵੋਟ ਦੀ ਮੰਗ ਕਰ ਰਹੀ ਆ ਇਹ ਵੀ ਆਪਣੇ ਪਰ ਤੋੜ ਰਿਹਾ ਬੜੀਆ ਵਧੀਆ ਗੱਲ ਹੈ ਕਿ ਘਰ ਘਰ ਤੱਕ ਇਹੀ ਲੋਕਤੰਤਰ ਹੈ ਕਿ ਇਕੱਲੇ ਕਦੇ ਘਰੇ ਜਾ ਕੇ ਬੇਨਤੀ ਕਰਨੀ ਇਹੀ ਹਾਲ ਸਿਮਰਜੀਤ ਸਿੰਮੀ ਦਾ ਉਹ ਨੌਜਵਾਨਾਂ ਨੂੰ ਵੀ ਪ੍ਰੇਰ ਰਿਹਾ ਬਜ਼ੁਰਗਾਂ ਦੇ ਗੋਡੀ ਹੱਥ ਵੀ ਲਾ ਰਿਹਾ ਸਾਰੀਆਂ ਕਮਿਊਨਿਟੀਆਂ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਉਹ ਕੋਈ ਇੱਕ ਤਰਫੀ ਗੱਲ ਨਹੀਂ ਮੈਂ ਕਹਿੰਦਾ ਵੀ ਲੋਕਤੰਤਰ ਦੇ ਵਿੱਚ ਇਹ ਗੱਲਾਂ ਬਹੁਤ ਵਧੀਆ ਨੇ ਹੋਣੀਆਂ ਚਾਹੀਦੀਆਂ ਨੇ ਪਰ ਪਿੰਡ ਦਾ ਵਿਕਾਸ ਭਾਵੇਂ ਕੋਈ ਵੀ ਜਿੱਤ ਕੇ ਆ ਜੇ ਉਹਨੂੰ ਕਰਨਾ ਚਾਹੀਦਾ ਮੈਂ ਭਾਵੇਂ ਚੇਅਰਮੈਨ ਰਿਹਾ ਮੈਂ ਨਿਰਪੱਖਤਾ ਨਾਲ ਪਿੰਡ ਦੇ ਕੰਮ ਕੀਤਾ ਮੈਂ ਕਿਸੇ ਦੀ ਧੜੇਬਾਜ਼ੀ ਜਾਂ ਕਿਸੇ ਦੀ ਪਾਰਟੀਬਾਜ਼ੀ ਦੇਖ ਕੇ ਕੰਮ ਨਹੀਂ ਕੀਤੇ ਮੈਂ ਅੱਜ ਵੀ ਇਹੀ ਆਸ ਕਰਦਾ ਕਿ ਭਾਵੇਂ ਵੋਟਾਂ ਚ ਲੋਕਾਂ ਹਰਮੇਲ ਸਿੰਘ ਨੂੰ ਚੁਣ ਲੈਣਾ ਸਿਮਰਜੀਤ ਨੂੰ ਚੁਣ ਲੈਣਾ ਜਾਂ ਜਿਹੜੇ ਹੋਰ ਖੜੇ ਨੇ ਉਹਨਾਂ ਨੂੰ ਚੁਣ ਲੈਣਾ ਪਰ ਉਹਨਾਂ ਨੂੰ ਨਿਰਪੱਖਤਾ ਦੇ ਨਾਲ ਲੋੜਵੰਦਾਂ ਦੀ ਬਾਂਹ ਫੜਨੀ ਚਾਹੀਦੀ ਆ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਪਾਰਟੀਬਾਜ਼ੀ ਤੋਂ ਪਾਸੇ ਹੋ ਕੇ ਨਿਮਰਤਾ ਨਾਲ ਜੁੜ ਕੇ ਹਰੇਕ ਦਾ ਕੰਮ ਕਰਨ ਦੀ ਪਹਿਲ ਕਰਨੀ ਚਾਹੀਦੀ।